ਜ਼ਮੀਨ ਵਗੈਰਾ ਵੀ ਹੈਗੀ ਉਹਨਾਂ ਵਿੱਚ। ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਆ? ਇੱਧਰ ਆ ਲਾਗੇ। ਅਸੀਂ ਆਏ ਸੀ ਰਸੂਲਾਬਾਦ ਸ਼ਹਿਨਸ਼ਾਹ ਕਾਟਨ ਫੈਕਟਰੀ ਹੈ ਜੀ, ਬਨੋਲੇ ਦਾ ਟਰਾਲਾ ਲੋਡ ਕਰਾਉਣ ਅਤੇ ਫੁੱਟੀ ਇੱਥੇ ਤਕਰੀਬਨ ਸਾਰੀ ਲੋਕਲ ਆ ਰਹੀ ਹੈ। ਲੋਕਲ ਫੁੱਟੀ ਆਉਣ ਦੇ ਬਾਵਜੂਦ ਕਲਰ ਬਾਰਿਸ਼ਾਂ ਦੀ ਵਜ੍ਹਾ ਤੋਂ ਨਹੀਂ ਬਣ ਰਹੇ ਸੀ। ਅਸੀਂ ਤਕਰੀਬ 3-4 ਘੰਟੇ ਹੋ ਗਏ ਹੁਣ ਸਾਨੂੰ ਆਇਆ, ਕੋਈ ਵੀ ਟਰੱਕ ਨਹੀਂ ਅਸੀਂ ਵੇਖਿਆ ਇੱਥੇ, ਯਾਨੀ ਕਿ ਬਾਹਰੋਂ ਆਵੇ। ਸਾਰੀ ਫੁੱਟੀ ਲੋਕਲ ਆ ਰਹੀ ਹੈ, ਲੋਕਲ ਹੀ। ਬਾਰਿਸ਼ ਦੀ ਵਜ੍ਹਾ ਨਾਲ ਰੰਗ ਨਹੀਂ ਬਣਦੇ। ਟਰਾਲਾ ਮਜ਼ਰ ਦਾ ਲੋਡ ਹੋ ਚੱਲਿਆ, ਮਜ਼ਰ ਹੁਣ ਤੁਹਾਨੂੰ ਰੰਗ ਬਣਾ ਕੇ ਵਿਖਾਏਗਾ ਕਿਵੇਂ ਦਾ ਬਣਦਾ। ਫੁੱਟੀ ਸਾਰੀ ਇੱਥੇ ਲੋਕਲ ਆ ਰਹੀ ਤਕਰੀਬਨ, ਲੋਕਲ ਫੁੱਟੀ ਦਾ ਰੰਗ ਤਾਂ ਮਜ਼ਰ ਸਾਹਿਬ ਬਣਨਾ ਚਾਹੀਦਾ। ਦੀ ਵਜ੍ਹਾ ਕੀ ਹੈ ਫਿਰ ਸਰ? ਬਾਰਿਸ਼ ਦੀ ਵਜ੍ਹਾ ਤੋਂ, ਬਾਰਿਸ਼ ਹੋਈ ਨਹੀਂ ਤਾਂ 15-20 ਦਿਨ ਹੋ ਗਏ। ਆਖਿਰ ਮਾਲ ਤਾਂ ਬਾਰਿਸ਼ ਹੀ ਆ ਰਿਹਾ ਨਾ ਜੀ। ਅੱਛਾ, ਗੱਲ ਤੇਰੀ ਠੀਕ ਹੈ, ਟਰਾਲਾ ਤੇਰਾ ਲੋਡ ਹੋਣ ਵਾਲਾ ਸੱਜਣਾ। ਫੁੱਟੀ ਸਾਰੀ ਸੋਹਣੀ ਪਈ ਹੈ ਮਾਸ਼ਾਅੱਲਾ ਫੈਕਟਰੀ ਵਿੱਚ, ਇਹ ਤਾਂ ਰੰਗ ਦਾ ਬਹੁਤ ਮਸਲਾ ਬਣ ਗਿਆ। ਉਹਦੀ ਵਜ੍ਹਾ ਹੈ ਕਿ ਬਾਰਿਸ਼ਾਂ, ਇਸ ਵਾਰੀ ਬਾਰਿਸ਼ਾਂ ਨੇ ਕੰਮ ਖਰਾਬ ਕੀਤਾ ਆ। ਫੁੱਟੀ ਸੋਹਣੀ ਹੈ, ਟਰਾਲਾ ਲੋਡ ਹੋ ਗਿਆ ਸਾਰਾ। ਮਰਾਬਪੁਰ ਦੀ ਤਿਆਰੀ ਹੈ ਜਾਣ ਦੀ। ਠੇਕੇਦਾਰ, ਕਿੰਨੀ ਬੋਰੀ ਹੋ ਗਈ? 1050। ਟਰਾਲਾ ਸਵੇਰੇ ਆਉਣਾ ਹੀ ਆ, ਉਹਦੇ 'ਤੇ ਕਿਹਦਾ ਆਉਣਾ ਟਰਾਲਾ? ਟੋਟਲ ਥੱਪੀਆਂ ਕਿੰਨੀਆਂ ਲੱਗੀਆਂ? ਜ਼ਿਆਦਾ ਲੋਕਲ ਨਹੀਂ ਆ ਰਹੀ? ਅੱਛਾ ਜੀ, ਟਰਾਲਾ ਲੋਡ ਹੋ ਕੇ ਨਿਕਲਦਾ ਹੈ, ਇਹਦਾ ਹੁਣ ਵਜ਼ਨ ਕਰਾਉਂਦੇ ਹਾਂ ਅਤੇ ਮੁੜ ਕੇ ਮਰਾਬਪੁਰ ਦਾ ਰੋਕ ਕਰਦੇ ਹਾਂ। ₹1050 ਬੋਰੀ ਲੋਡ ਕਰ। ਸ਼ਹਿਨਸ਼ਾਹ 'ਚ ਨਿਕਲੇ ਹਾਂ ਅਤੇ ਮੋਟਰਸਾਈਕਲ ਹੋ ਗਿਆ ਪੈਂਚਰ, ਹੁਣ ਪੈਂਚਰ ਲਵਾ ਕੇ ਅਤੇ ਫਿਰ ਆਉਂਦੇ ਹਾਂ ਤੁਹਾਡੇ ਕੋਲ। ਪੈਂਚਰ ਲੱਗ ਗਿਆ ਸਾਡਾ, ਅਸੀਂ ਜਾ ਰਹੇ ਹਾਂ ਹੁਣ ਮਰਾਬਪੁਰ ਵਾਪਸ, ਜਾ ਕੇ ਦੂਸਰੀ ਗੱਡੀ ਕਢਵਾਉਂਦੇ ਹਾਂ। ਮੇਨ ਰੋਡ ਹੈ ਕਰਾਚੀ ਵਾਲਾ, ਕਰਾਚੀ ਕਿੰਨਾ ਹੈ ਮਤਲਬ ਇੱਥੋਂ? ਕਰਾਚੀ ਹੈਗਾ ਮੇਰਾ ਖਿਆਲ 400 ਕਿਲੋਮੀਟਰ, 300 ਤਾਂ ਹੋਣਾ ਹੀ ਆ ਪੱਕਾ ਮੇਰਾ।
ਟਰਾਲਾ ਦੂਸਰਾ ਵੀ ਲੋਡ ਹੋ ਕੇ ਜਾ ਰਿਹਾ, ਹੁਣ ਇਹਦਾ ਵਜ਼ਨ ਕਰਾਵਾਂਗੇ ਅਤੇ ਇਹਨੂੰ ਰਵਾਨਾ ਕਰ ਦੇ। ਸਹੀ ਆ ਗਏ, ਵਜ਼ਨ ਵਜ਼ਨ 18 ਹੋਣਾ ਕੱਲ। ਤਰਤਾਲੀ 215 ਸਹੀ ਹੈ।